ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼। ਸੋ ਇਸੇ ਵਿੱਚ ਇੱਕ ਵੱਡੀ ਖਬਰ ਦੀ ਗੱਲ ਕਰਾਂਗੇ। ਪੰਜਾਬ ਵਿਧਾਨ ਸਭਾ ਦੇ ਬਾਹਰ ਅੰਗਰੇਜ਼ੀ ਦੇ ਵਿੱਚ ਲੱਗਿਆ ਬੈਨਰ, ਜਿਸ ਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਪੰਜਾਬੀ ਦੇ ਵਿੱਚ ਵੀ ਹੋ ਸਕਦਾ ਸੀ। ਪੰਜਾਬ ਵਿਧਾਨ ਸਭਾ ਦੇ ਬਾਹਰ ਅੰਗਰੇਜ਼ੀ ਦੇ ਵਿੱਚ ਲੱਗਿਆ ਬੈਨਰ, ਸਵਾਲ ਜਿਹੜੇ ਉੱਠਣੇ ਉਹ ਲਾਜ਼ਮੀ ਨੇ, ਕਿਉਂਕਿ ਪੰਜਾਬੀ ਭਾਸ਼ਾ ਨੂੰ ਤਰਜੀਹ ਦੇਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ। ਬੋਰਡ ਲਾਇਆ ਗਿਆ ਸਾਡੇ 500 ਸਾਲਾ ਪ੍ਰਕਾਸ਼ ਪਰਵ ਨੂੰ ਲੈ ਕੇ, ਇਹ ਕਿਤੇ ਕਿਤੇ ਇੰਗਲਿਸ਼ 'ਚ ਲਾਇਆ ਗਿਆ, ਪੰਜਾਬੀ 'ਚ ਵੀ ਲਾਇਆ ਜਾ ਸਕਦਾ ਸੀਗਾ। ਤੁਹਾਨੂੰ ਕੀ ਲੱਗਦਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਸਵਾਲ ਚੱਕਿਆ ਗਿਆ ਕਿੰਨਾ ਕੁ ਮੁਨਾਸਿਬ? ਬਿਲਕੁਲ ਸਹੀ ਹੈ ਜੀ, ਮੁਨਾਸਿਬ ਹੈ, ਕਿਉਂਕਿ ਜਿੱਥੇ ਬਾਬੇ ਨਾਨਕ ਨੇ ਆਪਦੀ ਮਾਂ ਬੋਲੀ ਦਾ, ਇਹ ਨਹੀਂ ਕਿ ਸਿਰਫ ਪੰਜਾਬੀ ਦੀ, ਉਹਨਾਂ ਨੇ ਕਿਹਾ ਕਿ ਆਪਦੀ ਮਾਤਰ ਭਾਸ਼ਾ ਨੂੰ ਕਦੇ ਛੱਡਣਾ ਕਦੇ ਵਿਸਾਰਨਾ ਨਹੀਂ ਚਾਹੀਦਾ ਹੈਗਾ, ਕਿਉਂਕਿ ਮੈਂ ਸਮਝਦਾ ਜਿਹੜੇ ਦਰਖਤ ਦੀਆਂ ਜੜ੍ਹਾਂ ਨਹੀਂ ਹੈਗੀਆਂ ਉਹਦਾ ਉੱਪਰ ਪੇੜ, ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਹੈਗਾ। ਸੋ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਪੰਜਾਬੀ ਨੂੰ ਵਿਸਾਰ ਰਹੀ ਹੈ ਪੰਜਾਬ ਸਰਕਾਰ, ਇਹ ਬਹੁਤ ਅਨਫੋਰਚੁਨੇਟ ਹੈ। ਮੰਦਭਾਗੇ ਜਿਹੜਾ ਇਹਨਾਂ ਦਾ ਫਿਊਡਲ ਮਾਈਂਡ ਸੈੱਟ ਹੈ, ਇਹਦੇ ਨਾਲ ਉਹ ਜੱਗ ਜ਼ਾਹਰ ਹੋ ਰਿਹਾ। ਅਸੀਂ ਇੰਗਲਿਸ਼ ਦੇ ਵਿਰੁੱਧ ਨਹੀਂ ਹੈਗੇ, ਜੇ ਦੁਨੀਆ ਦੇ ਨਾਲ ਤੁਸੀਂ ਕਨੈਕਟ ਕਰਨਾ ਤਾਂ ਇੰਗਲਿਸ਼ ਜ਼ਰੂਰੀ ਹੈ, ਜੇ ਹਿੰਦੀ ਮੁਲਕ ਦੇ ਬਾਕੀ ਸੂਬੇ ਨਾਲ ਕਨੈਕਟ ਕਰਨਾ ਤਾਂ ਹਿੰਦੀ ਜ਼ਰੂਰੀ ਹੈ। ਪਰ ਅੱਜ ਬਾਬੇ ਨਾਨਕ ਦੇ ਪਵਿੱਤਰ ਸਮੇਂ ਦੇ ਉੱਪਰ ਉਹਨਾਂ ਨੂੰ ਸਮਰਪਿਤ ਇਜਲਾਸ ਦੇ ਵਿੱਚ ਪੰਜਾਬੀ ਨੂੰ ਛੱਡ ਕੇ ਇੰਗਲਿਸ਼ ਦੀ ਵਰਤੋਂ ਕਰਨੀ, ਇਹ ਚੀਜ਼ ਗਲਤ ਹੈ। ਇਹ ਪ੍ਰਕਾਸ਼ ਪਰਵ ਨੂੰ ਲੈ ਕੇ ਇਹ ਸਮਰਪਿਤ ਪੂਰਾ ਇਜਲਾਸ ਰੱਖਿਆ ਗਿਆ, ਚਰਚਾਵਾਂ ਕੀਤੀ ਜਾਣੀ ਸੀਗੀਆਂ ਬਾਬੇ ਨਾਨਕ ਦੀ ਸਿੱਖਿਆਵਾਂ 'ਤੇ, ਲੇਕਿਨ ਬਿੱਲ ਵੀ ਅੱਜ ਕਿਹਾ ਜਾ ਰਿਹਾ ਕਿ ਕੁਛ ਰੱਖੇ ਜਾਣਗੇ, ਪੇਸ਼ ਕੀਤੇ ਜਾਣਗੇ। ਤੁਹਾਨੂੰ ਕੀ ਲੱਗਦਾ ਕਿ ਮੁਨਾਸਿਬ ਹੈ ਬਿੱਲ ਰੱਖਣਾ ਅੱਜ ਦੇ ਦਿਨ? ਦੇਖੋ, ਜੇ ਤਾਂ ਬਿੱਲ ਪੰਜਾਬ ਦੇ ਭਲੇ ਵਾਸਤੇ ਨੇ ਉਹਦਾ ਤਾਂ ਕੋਈ ਹਰਜ਼ ਨਹੀਂ ਹੈ, ਪਰ ਮੈਨੂੰ ਪਤਾ ਲੱਗਿਆ ਹਜੇ ਤੱਕ ਇਹਨਾਂ ਨੇ ਬਿੱਲ ਸਾਨੂੰ ਪੇਸ਼ ਨਹੀਂ ਕੀਤੇ ਹੈਗੇ ਜਿਹੜਾ ਕਿ ਕਾਨੂੰਨ ਦੀ ਉਲੰਘਣਾ ਹੈ। ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਇੱਕ ਅਜਿਹਾ ਬਿੱਲ ਲੈ ਕੇ ਆ ਰਹੇ ਨੇ ਜਿਹੜਾ ਆਫਿਸ ਆਫ ਪ੍ਰੋਫਿਟ ਆਪਣੇ 7 MLAs ਨੂੰ ਇਹਨਾਂ ਨੇ ਕੈਬਨਿਟ ਦਾ ਰੈਂਕ ਦਿੱਤਾ, ਉਹ ਬਿੱਲ ਵੀ ਲੈ ਕੇ ਆ ਰਹੇ ਨੇ। ਬਾਬਾ ਨਾਨਕ ਜੀ ਸਾਰੀ ਉਮਰ 13-13-13 ਕਰਦੇ ਦਾ ਸੁਨੇਹਾ ਦਿੰਦੇ ਰਹੇ, ਅਤੇ ਇਹ ਅੱਜ ਮੇਰਾ ਕਰਨ ਲੱਗੇ ਹੋਏ ਨੇ। MLA ਵੀ ਨੇ, ਮੰਤਰੀ ਨੇ, ਫੈਸਿਲਿਟੀਆਂ ਵੀ ਚਾਹੀਦੀਆਂ ਨੇ, ਗੱਡੀਆਂ ਵੀ ਚਾਹੀਦੀਆਂ ਨੇ, ਦਫ਼ਤਰ ਵੀ ਚਾਹੀਦੇ ਨੇ। ਇਹ ਬਾਬੇ ਨਾਨਕ ਦੇ ਜਿਹੜਾ ਫਲਸਫਾ ਸੀ ਉਹਨਾਂ ਦਾ, ਉਹਦਾ ਤਿਰਸਕਾਰ ਕਰਨ ਦੇ ਬਰਾਬਰ ਹੈ। ਸੋ ਅੱਜ ਇਹਦੇ ਨਾਲ ਕਾਂਗਰਸ ਪਾਰਟੀ ਦਾ ਅਤੇ ਪੰਜਾਬ ਸਰਕਾਰ ਦਾ ਚੇਅਰ ਹੈ ਜਿਹੜਾ ਉਹ ਦੋਗਲਾ ਹੋ ਜਾਂਦਾ। ਅਸੀਂ ਅੱਜ ਦੇ ਇਸ ਪਵਿੱਤਰ ਮੌਕੇ 'ਤੇ ਕੋਈ ਰਾਜਨੀਤੀ ਨਹੀਂ ਕਰਨੀ ਚਾਹੁੰਦੇ ਹੈਗੇ, ਪਰ ਜੇ ਇਸ ਤਰ੍ਹਾਂ ਦਾ ਘਟੀਆ ਕੰਮ, ਅਜਿਹੇ ਬਿੱਲ ਜਿਹਦੇ ਨਾਲ ਪੰਜਾਬ ਦੇ ਲੋਕਾਂ ਦੀ ਲੁੱਟ ਕੇ ਆਪਦੇ ਘਰ ਭਰ ਲੱਗਣਗੇ, ਇਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ। ਇਹ ਆਈਡੀਓਲੋਜੀਕਲੀ ਗਲਤ ਹੈ। ਧੰਨਵਾਦ ਜੀ। ਤਾਂ ਸੀਗੇ ਸਾਡੇ ਨਾਲ ਅਮਨ ਅਰੋੜਾ, ਜਿਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਜਿਹੜੇ ਕਿ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ, ਔਰ ਸਾਡੀ ਮੰਗ ਰਹੀ ਹੈ ਜਿੱਥੇ ਅਕਾਲੀ ਦਲ ਔਰ ਕਾਂਗਰਸ ਜਿਹੜੀ ਹੈ ਵੱਖ ਵੱਖ ਸਟੇਜਾਂ ਲਾ ਕੇ ਮਨੀ ਬਿਸਟਿਜ ਕਰ ਰਹੀਆਂ ਨੇ, ਕਿਉਂਕਿ ਇੱਕ ਸਟੇਜ ਲਾਉਂਦੇ ਤਾਂ ਗੱਲ ਚੰਗੀ ਸੀ। ਅਸੀਂ ਉਹਨਾਂ ਨੂੰ ਸੁਝਾਅ ਦਿੱਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਅਸਲੀ ਸੁਨੇਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਤੁਸੀਂ ਪਾਣੀਆਂ ਨੂੰ ਬਚਾਉਣ ਲਈ ਵੀ ਉਪਰਾਲਾ ਕਰੋ, ਤੁਸੀਂ ਧਰਤੀ ਮਾਤਾ 'ਤੇ ਪੋਲਿਊਸ਼ਨ ਵੱਧ ਰਿਹਾ ਇਹਨੂੰ ਬਚਾਉਣ ਦੀ ਗੱਲ ਕਰੋ, ਤੁਸੀਂ ਜਿਹੜੇ ਇਹਦੇ ਨਾਲ ਹਵਾ ਪ੍ਰਦੂਸ਼ਿਤ ਹੋ ਰਹੀ ਉਹਦੀ ਵੀ ਬਚਾਉਣ ਦੀ ਗੱਲ ਕਰੋ, ਬੱਚਿਆਂ ਨੂੰ ਜਿਹੜੀ ਸਿੱਖਿਆ ਦੇਣ ਦੀ ਕੋਈ ਕਾਲਜ ਸਕੂਲ ਖੋਲ੍ਹੋ ਜਿਹਦੇ ਨਾਲ ਗੁਰੂ ਨਾਨਕ ਦੇਵ ਜੀ ਦੀ ਖੁਸ਼ੀ ਸਾਨੂੰ ਪ੍ਰਾਪਤ ਹੋਵੇ। ਪਰ ਦੁੱਖ ਆ ਕੇ ਇਹ ਵੀ ਲੱਗਾ ਕਿ ਜਿੱਥੇ, ਕਿਉਂਕਿ ਉਹ ਕਹਿੰਦੇ ਨੇ ਕਿ ਸਾਡੇ ਕੋਲ ਪੈਸੇ ਨਹੀਂ ਨੇ ਇੰਨਾ ਮਨਾਉਣ ਲਈ, ਜੇ ਪੈਸੇ ਨਹੀਂ ਨੇ ਆਹ ਬੋਰਡ ਲੱਗਾ ਹੋਇਆ ਬਾਹਰ ਪੰਜਾਬੀ ਭਾਸ਼ਾ ਨੂੰ ਮਾਣ ਦੇਣ ਲਈ ਵੀ ਪੈਸੇ ਨਹੀਂ, ਜੋ ਅੰਗਰੇਜ਼ੀ 'ਚ ਛਾਪਿਆ ਗਿਆ ਪੰਜਾਬੀ 'ਚ ਵੀ ਛਾਪ ਸਕਦੇ ਸੀ ਨਾ। ਪੰਜਾਬ ਦੀ ਵਿਧਾਨ ਸਭਾ ਦੇ ਬਾਹਰ ਸਪੈਸ਼ਲਾਈਜ਼ ਸੈਸ਼ਨ ਲੱਗ ਰਿਹਾ, ਔਰ ਜਿਹੜਾ ਬੋਰਡ ਲਾਇਆ ਗਿਆ ਉਹ ਅੰਗਰੇਜ਼ੀ ਭਾਸ਼ਾ 'ਚ ਲਾਇਆ ਗਿਆ, ਔਰ ਇਹਨਾਂ ਨੂੰ ਕਿਤੇ ਨਾ ਕਿਤੇ ਮੈਂ ਕਹਿੰਦਾ ਸ਼ਰਮ ਹੋਣੀ ਚਾਹੀਦੀ ਹੈ। ਪੰਜਾਬ ਦੇ ਹਿੱਤਾਂ ਦੇ ਰਾਖੇ ਕਹਿੰਦੇ ਨੇ, ਪੰਜਾਬੀਅਤ ਦੇ ਰਾਖੇ ਕਹਿੰਦੇ ਨੇ, ਔਰ ਬੋਰਡ ਤੁਹਾਡੇ ਸਾਹਮਣੇ ਅੰਗਰੇਜ਼ੀ 'ਚ ਲੱਗ ਰਿਹਾ। ਪੰਜਾਬੀ ਵਿੱਚ ਬੋਰਡ ਲੱਗਣੇ ਚਾਹੀਦੇ ਸੀ, ਔਰ ਪੰਜਾਬੀ ਭਾਸ਼ਾ ਨੂੰ ਜਿਹੜਾ ਮਾਣ ਸਤਿਕਾਰ ਹੈ ਉਹ ਬਣਦਾ ਮਿਲਣਾ ਚਾਹੀਦਾ, ਔਰ ਜਿੰਨੇ ਵੀ ਪੰਜਾਬ ਦੇ ਵਿੱਚ ਸਾਈਨ ਬੋਰਡ ਲੱਗਦੇ ਨੇ ਜਾਂ ਪਿੰਡਾਂ ਦੇ ਰਸਤੇ ਵਿੱਚ ਕਿਤੇ ਵੀ ਰਹਿੰਦੇ ਆ, ਪੰਜਾਬ ਦੇ ਦਫ਼ਤਰਾਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਜਿਹੜੀ ਮਾਨਤਾ ਉਹ ਪਹਿਲੇ ਦਰਜੇ 'ਤੇ ਮਿਲਣੀ ਚਾਹੀਦੀ। ਸੋ ਖਾਸ ਇਜਲਾਸ ਦੌਰਾਨ ਬਿੱਲ ਪੇਸ਼ ਨਹੀਂ ਹੋਣਾ ਚਾਹੀਦਾ, ਖਾਸ ਇਜਲਾਸ 'ਤੇ ਜੋ ਬੋਰਡ ਲਗਾਇਆ ਗਿਆ ਇਹ ਬੋਰਡ ਪੰਜਾਬੀ ਭਾਸ਼ਾ ਦੇ ਵਿੱਚ ਹੋਣਾ ਚਾਹੀਦਾ ਸੀ। ਇਹ ਸਭ ਮੰਗਾਂ ਆਮ ਆਦਮੀ ਪਾਰਟੀ ਇੱਥੇ ਕਰਦੀ ਨਜ਼ਰ ਆ ਰਹੀ ਹੈ, ਕਿਉਂਕਿ ਖਾਸ ਤੌਰ 'ਤੇ ਸਭ ਤੋਂ ਪਹਿਲਾਂ ਕਾਫੀ ਪਹਿਲਾਂ ਸਮਾਂ ਪਹੁੰਚੇ ਆਮ ਆਦਮੀ ਪਾਰਟੀ ਦੇ ਵੱਖ ਵੱਖ ਵਿਧਾਇਕ ਸਵਾਲ ਚੁੱਕ ਰਹੇ ਨੇ। ਅਗਰਵਾਲ ਲਿਵਰ ਅਤੇ ਗੱਟ ਸੁਪਰ ਸਪੈਸ਼ਲਿਟੀ ਹਸਪੀਟਲ JP ਨਗਰ ਜਲੰਧਰ, ਇੱਥੇ ਹਰ ਤਰ੍ਹਾਂ ਦੀ ਪੇਟ ਤੇ ਲਿਵਰ ਦੀਆਂ ਬਿਮਾਰੀਆਂ ਜਿਵੇਂ ਪੀਲੀਆ, ਖੂਨ ਦੀ ਉਲਟੀ, ਪਿੱਤੇ ਦੀ ਪੱਥਰੀ ਅਤੇ ਪੇਟ ਤੇ ਲਿਵਰ ਦੇ ਕੈਂਸਰ ਦਾ ਇਲਾਜ ਵਿਦੇਸ਼ੀ ਤਕਨੀਕ ਨਾਲ ਮਾਹਿਰ ਡਾਕਟਰਾਂ ਵੱਲੋਂ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਸੰਪਰਕ ਕਰੋ 0181-502-0070।